ਸੋਚ ਨਵਾਇਆ ਗਾਸ ਇਹੋ ਵਕਤ ਦੀ ਹੈ ਆਵਾਜ਼ ਇਹੋ ਵਕਤ ਦੀ ਹੈ ਆਵਾਜ਼। ਇੱਕ ਬੰਦਾ ਨਾ ਮਾਈਕ ਦੇ ਉੱਤੇ ਅਨਾਊਂਸ ਕਰ ਰਿਹਾ, ਹਜ਼ਾਰਾਂ ਬੰਦੇ ਉਹਦੇ ਅੱਗੇ ਬੈਠੇ ਨੇ ਅਤੇ ਸਪੀਕਰ ਹਾਜ਼ਰੀਨ ਨੂੰ ਪਤਾ ਕੀ ਕਹਿੰਦਾ? ਜਿਹੜਾ ਉਹ ਸਪੀਕਰ ਸੀ ਬੋਲਣ ਵਾਲਾ ਬੰਦਾ, ਉਹ ਹਾਜ਼ਰੀਨ ਜਿਹੜੇ ਹਾਜ਼ਰ ਸੀ ਉੱਥੇ, ਉਹਨਾਂ ਨੂੰ ਕੀ ਕਹਿੰਦਾ? ਕਹਿੰਦੇ ਜਦੋਂ ਵੀ ਮੈਂ ਤੁਹਾਨੂੰ ਮੁਸਕਰਾਉਣ ਲਈ ਕਹਾਂ ਤਾਂ ਆਪਣੀ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਵੱਖੋ ਵੱਖਰੀਆਂ ਘਟਨਾਵਾਂ ਨੂੰ ਵੇਖ ਕੇ ਮੁਸਕਰਾਇਓ। ਉਹ ਸਪੀਚ ਕਰ ਰਿਹਾ ਸੀ, ਕਹਿੰਦਾ ਜਿਸ ਟਾਈਮ ਵੀ ਤੁਹਾਨੂੰ ਮੈਂ ਮੁਸਕਰਾਉਣ ਲਈ ਕਹਾਂ ਉਦੋਂ ਹੱਸਣਾ ਹੈ ਤੁਸੀਂ ਸਭ ਨੇ, ਆਪਣੀਆਂ ਗੱਲਾਂ ਨੂੰ ਯਾਦ ਕਰਕੇ, ਕੋਈ ਹਾਸੇ ਵਾਲੀ ਗੱਲ ਕੋਈ ਹੱਸਿਓ। ਹੁਣ ਸੁਣਿਓ, ਕਹਿੰਦੇ ਜੇ ਜ਼ਿੰਦਗੀ ਵਿੱਚ ਹਾਰ ਗਏ ਉਹ ਨਾ ਹਾਰ ਗਏ, ਕਈ ਵਾਰੀ ਬੰਦਾ ਕਹਿੰਦਾ ਨਾ ਮੈਂ ਹਾਰ ਗਿਆ, ਕਹਿੰਦੇ ਜੇ ਜ਼ਿੰਦਗੀ ਵਿੱਚ ਹਾਰ ਜਾਓ ਤਾਂ ਵੀ ਹੱਸੋ, ਕਿਉਂਕਿ ਕਿਸੇ ਨੂੰ ਉਸ ਜਿੱਤ ਦੀ ਤੁਹਾਡੇ ਨਾਲੋਂ ਵੱਧ ਲੋੜ ਸੀ। ਇਹ ਸਮਝਿਆ ਕਰੋ, ਪੋਜ਼ੀਟਿਵਿਟੀ ਰੱਖੋ ਆਪਣੇ ਅੰਦਰ, ਪੋਜ਼ੀਟਿਵਿਟੀ। ਜੇ ਤੁਸੀਂ ਹਾਰ ਗਏ ਹੋ ਨਾ ਕਿਸੇ ਮੁਕਾਮ 'ਤੇ, ਸਮਝ ਲਿਆ ਕਰੋ ਇਸ ਜਿੱਤ ਦੀ ਮੇਰੇ ਨਾਲੋਂ ਵੱਧ ਲੋੜ ਸੀ ਕਿਸੇ ਨੂੰ, ਤਾਂ ਉਹ ਇਸ ਫੀਲਡ ਵਿੱਚ ਅੱਗੇ ਵਧਿਆ, ਤਾਂ ਉਹ ਜਿੱਤਿਆ। ਟੈਨਸ਼ਨ ਦੱਸੋ ਕਿੱਥੇ ਆਏਗੀ ਫਿਰ? ਟੈਨਸ਼ਨ ਆਉਣੀ ਨਹੀਂ ਕਿ ਮੇਰੇ ਤੋਂ ਵੱਧ ਲੋੜ ਸੀ, ਪਰਮੇਸ਼ਰ ਨੇ ਉਹਨੂੰ ਜਿਤਾਤਾ, ਉਹਨੇ ਉੱਦਮ ਕੀਤਾ, ਉਹਦੇ 'ਤੇ ਕਿਰਪਾ ਵਰਤ ਗਈ। ਕਹਿੰਦੇ ਜੇ ਤੁਸੀਂ ਹਾਰ ਜਾਓ ਤਾਂ ਵੀ ਹੱਸੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਜੇ ਲਾਈਫ ਦੇ ਵਿੱਚ ਤੁਹਾਡਾ ਕੁਝ ਗਵਾਚ ਗਿਆ ਨਾ, ਉਹ ਪੋਜ਼ੀਟਿਵ ਕਰ ਰਿਹਾ, ਤੇ ਮੈਂ ਵੀ 3 ਤੋਂ 4 ਤੁਹਾਨੂੰ ਪੋਜ਼ੀਟਿਵ ਕਰਦਾ ਰੋਜ਼, 10 ਤੋਂ 11 ਰਾਤੀ, 3 ਤੋਂ 4 ਦੁਪਹਿਰੀ, PTC ਸਿਮਰਨ ਦੇ ਮਾਧਿਅਮ ਰਾਹੀਂ ਤੁਹਾਨੂੰ ਪੋਜ਼ੀਟਿਵ ਕਰਨ ਦਾ ਯਤਨ ਕਰਦਾ। ਪੋਜ਼ੀਟਿਵ ਰਹੋ ਹਰ ਹਾਲ 'ਚ, ਹਰ ਹਾਲ 'ਚ। ਕਹਿੰਦੇ ਜੇ ਤੁਹਾਡਾ ਕੁਝ ਗਵਾਚ ਗਿਆ ਨਾ ਉਦੋਂ ਵੀ ਹੱਸੋ, ਸ਼ਾਇਦ ਕਿਸੇ ਨੂੰ ਉਸ ਚੀਜ਼ ਦੀ ਤੁਹਾਡੇ ਨਾਲੋਂ ਵੱਧ ਜ਼ਰੂਰਤ ਹੋਵੇ, ਤਾਂ ਉਹ ਗੁਆਚੀ ਹੈ ਤੁਹਾਡੀ ਚੀਜ਼ ਅਤੇ ਕਿਸੇ ਹੋਰ ਨੂੰ ਲੱਭ ਗਈ ਹੋਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ। ਟੈਨਸ਼ਨ ਹੈ ਹੀ ਨਹੀਂ ਦਿਮਾਗ 'ਤੇ, ਹੈ ਹੀ ਨਹੀਂ, ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ। ਜਿਹੜੇ ਭਗਤ ਜਨ ਨੇ ਨਾ ਉਹ ਅੰਦਰ ਹਰ ਵੇਲੇ ਆਨੰਦ 'ਚ ਰਹਿੰਦੇ ਨੇ, ਵਿਗਾਸ 'ਚ ਰਹਿੰਦੇ, ਖੁਸ਼ੀ 'ਚ ਰਹਿੰਦੇ, ਖੇੜੇ 'ਚ ਰਹਿੰਦੇ ਨੇ। ਕਹਿੰਦੇ ਜੇ ਤੁਹਾਡਾ ਕਿਸੇ ਨੇ ਦਿਲ ਦੁਖਾਇਆ ਨਾ, ਦਿਲ ਦੁਖਾਇਆ, ਤਾਂ ਵੀ ਤੁਸੀਂ ਮੁਸਕਰਾਓ। ਕਿਉਂ ਮੁਸਕਰਾਓ? ਸ਼ਾਇਦ ਕਿਸੇ ਨੂੰ ਜੋੜਨ ਦੇ ਲਈ ਇੱਕ ਵਿਧ ਪਰਮੇਸ਼ਰ ਨੇ ਬਣਾਈ ਹੈ, ਕਿਸੇ ਨੂੰ ਜੋੜਨ ਲਈ। ਤੁਹਾਡਾ ਅੱਜ ਦਿਲ ਦੁਖਿਆ ਅਤੇ ਪਰਮੇਸ਼ਰ ਨੇ ਕਿਸੇ ਹੋਰ ਦਾ ਉਹ ਦਿਲ ਵਧਾਉਣਾ ਸੀ, ਮਾਣ ਵਧਾਉਣਾ ਸੀ, ਤਾਂ ਕਰਕੇ ਤੁਹਾਡਾ ਦਿਲ ਦੁਖਿਆ। ਵੇਖੋ ਟੈਨਸ਼ਨ ਰਹੇਗੀ, ਨਹੀਂ ਤਾਂ ਬੰਦਾ ਫਲਾਣੇ ਨੇ ਮੈਨੂੰ ਇਸ ਵੇਲੇ ਆਹ ਕਹਿਤਾ, ਉਹਨੇ ਮੈਨੂੰ ਦੁਖੀ ਕਰਤਾ, ਮੈਂ ਕਲਪ ਰਿਹਾ, ਮੈਨੂੰ ਇੱਦਾਂ ਹੋ ਗਿਆ, ਮੈਨੂੰ ਉੱਦਾਂ ਹੋ। ਕਹਿੰਦੇ ਜੇ ਦਿਲ ਵੀ ਦੁਖਾਇਆ ਨਾ ਤਾਂ ਵੀ ਹੱਸ, ਮੁਸਕਰਾ, ਮੁਸਕਰਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਓਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਕਹਿੰਦੇ ਜੇ ਦਿਲ ਵਿੱਚ ਦਰਦ ਏ, ਦਰਦ ਜੇ ਦਿਲ ਵਿੱਚ ਦਰਦ ਏ, ਦਿਲ ਵਿੱਚ ਦਰਦ ਰਹਿ ਜਾਵੇ ਤਾਂ ਵੀ ਉਹ ਮੁਸਕਰਾ ਕੇ ਆਪਣੇ ਮਿੱਤਰਾਂ ਦੋਸਤਾਂ ਨਾਲ ਸਾਂਝਾ ਕਰ, ਮੁਸਕਰਾ ਕੇ। ਹੈਂਜੀ, ਅਤੇ ਜੇ ਆਨੰਦ ਏ, ਆਨੰਦ ਤਾਂ ਉਹਦਾ ਕਾਰਨ ਜਿਹੜਾ ਹੈ ਨਾ, ਉਸ ਕਾਰਨ ਨੂੰ ਸੋਚ ਕੇ ਮੁਸਕਰਾ। ਹਰ ਹਾਲ ਦੇ ਵਿੱਚ ਹੱਸ, ਹਰ ਹਾਲ ਦੇ ਵਿੱਚ ਮੁਸਕਰਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਾਂਜੀ, ਇਹ ਸੋਚਦੇ ਹੋਏ ਮੁਸਕਰਾਓ, ਜੇ ਇਹ ਵਾਪਰਿਆ ਤਾਂ ਇਸ ਤੋਂ ਵਧੀਆ ਕੀ ਹੁੰਦਾ? ਜੇ ਮੇਰੀ ਲਾਈਫ 'ਚ ਇਹ ਵਾਪਰਿਆ ਨਾ, ਇਸ ਤੋਂ ਵਧੀਆ ਕੀ ਹੋਣਾ ਸੀ? ਹੈਂਜੀ, ਖੁਸ਼ ਰਹੋ, ਕਿਉਂਕਿ ਜੋ ਵਾਪਰਿਆ ਉਸ ਤੋਂ ਮਾੜਾ
ਨਹੀਂ ਹੋ ਸਕਦਾ, ਹੈਂਜੀ ਚੰਗਾ ਹੀ ਹੋਇਆ ਮੇਰੀ ਲਾਈਫ 'ਚ, ਮਾੜਾ ਨਹੀਂ ਹੋ ਸਕਦਾ, ਕਿਉਂਕਿ ਉਹ ਪਰਮੇਸ਼ਰ ਮੇਰਾ ਮਾੜਾ ਕਰ ਹੀ ਨਹੀਂ ਸਕਦਾ। ਉਹ ਮੇਰਾ ਮਿੱਤਰ ਹੈ, ਉਹ ਸਾਰੀ ਸ੍ਰਿਸ਼ਟੀ ਨੂੰ ਰਿਜਕ ਦਿੰਦਾ, ਸਾਰੀ ਸ੍ਰਿਸ਼ਟੀ ਨੂੰ ਪਾਲਦਾ, ਅਤੇ ਮੇਰਾ ਮਾੜਾ ਕਿੱਥੋਂ ਕਰੇਗਾ। ਉਹ ਤਾਂ ਮਿੱਠ ਬੋਲੜਾ ਹੈ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਾਂਜੀ, ਜੋ ਮੇਰੀ ਲਾਈਫ 'ਚ ਵਾਪਰ ਰਿਹਾ, ਜਿਸ ਤੋਂ ਮਾੜਾ ਹੋ ਜਾਂਦਾ, ਮੈਂ ਕੀ ਕਰਨਾ ਸੀ ਦੱਸੋ? ਜੋ ਮੇਰੀ ਲਾਈਫ 'ਚ ਘਟਨਾ ਵਾਪਰੀ ਹੈ, ਜਿਸ ਤੋਂ ਮਾੜੀ ਹੋ, ਮੈਂ ਕੀ ਕਰਨਾ ਸੀ? ਕੁਝ ਕਰ ਤਾਂ ਨਹੀਂ ਨਾ ਸਕਦੇ। ਇਸ ਕਰਕੇ ਜੋ ਵਾਪਰ ਰਿਹਾ ਨਾ, ਉਹਦੇ ਵਿੱਚੋਂ ਵੀ ਆਨੰਦ ਲੱਭੋ। ਇਸ ਤੋਂ ਵਧੀਆ ਕੀ ਹੋ ਸਕਦਾ ਸੀ? ਨੈਗੇਟਿਵ ਸੋਚ ਨਾ ਰੱਖੋ, ਵਧੀਆ ਕੀ ਹੋ ਸਕਦਾ ਸੀ? ਅਤੇ ਉਸ ਚੀਜ਼ ਨੂੰ ਲੈ ਕੇ ਵੀ ਮੁਸਕਰਾਓ, ਹੱਸੋ, ਮੁਸਕਰਾਓ। ਜੇ ਤੁਹਾਡੇ ਸਿਰ ਦੇ ਉੱਤੇ ਛੱਤ ਹੈ, ਭਾਵੇਂ ਕਿਰਾਏ ਦੀ ਹੈ। ਆ ਵੇਖੋ ਕਿੰਨੀ ਮੁੰਬਈ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਪੂਰੇ ਇਸ ਵੇਲੇ ਹਿੰਦੁਸਤਾਨ 'ਚ ਇਹ ਬਾਰਿਸ਼ ਦਾ ਮੌਸਮ ਚੱਲ ਰਿਹਾ। ਉਹ ਸ਼ੁਕਰਾਨਾ ਕਿਉਂ ਨਹੀਂ ਕਰਦੇ ਅਸੀਂ? ਕਿਉਂ ਨਹੀਂ ਮੁਸਕਰਾਉਂਦੇ? ਸ਼ੁਕਰ ਦੱਤੇ ਆ, ਤੂੰ ਸਾਨੂੰ ਛੱਤ 'ਤੇ ਦਿੱਤੀ ਹੈ। ਕਈ ਇਹੋ ਜਿਹੇ ਲੋਕ ਨੇ ਜਿਹੜੇ ਮੀਂਹ ਦੇ ਵਿੱਚ ਵੀ ਬਚਣ ਦੇ ਲਈ ਛੱਤਾਂ ਲੱਭ ਰਹੇ ਨੇ, ਭਾਵੇਂ ਕਿਰਾਏ ਦੀ ਦਿੱਤੀ, ਸ਼ੁਕਰ ਦਿੱਤੀ 'ਤੇ ਹੈ ਨਾ। ਮੈਂ ਰਿਕਸ਼ਿਆਂ ਦੇ ਉੱਤੇ ਰਾਤ 'ਤੇ ਨਹੀਂ ਨਾ ਬਤੀਤ ਕਰ ਰਿਹਾ, ਮੈਂ ਫੁੱਟਪਾਥ ਦੇ ਉੱਤੇ 'ਤੇ ਨਹੀਂ ਨਾ ਸੌਂ ਰਿਹਾ। ਹੈ ਜੀ, ਜੇ ਸਿਰ ਦੇ ਉੱਤੇ ਛੱਤ ਹੈ, ਤੁਹਾਡੇ ਸਰੀਰ ਦੇ ਉੱਤੇ ਚੰਗੇ ਕੱਪੜੇ ਨੇ, ਤਾਂ ਵੀ ਮੁਸਕਰਾਓ, ਉਹਦਾ ਸ਼ੁਕਰਾਨਾ ਕਰੋ। ਉਹ ਜੇ ਤੁਹਾਡੀ ਥਾਲੀ ਵਿੱਚ ਚੰਗਾ ਭੋਜਨ ਆ ਰਿਹਾ ਨਾ, ਤਾਂ ਵੀ ਮੁਸਕਰਾਓ, ਸ਼ੁਕਰਾਨਾ ਕਰੋ। ਕਈ ਚੰਗੇ ਕੱਪੜਿਆਂ ਲਈ ਵੀ ਤਰਸਦੇ ਨੇ। ਅਸੀਂ ਕਿਤੇ ਉਹਨਾਂ ਨੂੰ ਆਪਣੇ ਪੁਰਾਣੇ ਕੱਪੜੇ ਦੇ ਦਈਏ ਨਾ, ਥੋੜ੍ਹੇ ਫਟੇ ਵੀ ਹੋਣ, ਉਹ ਸ਼ੁਕਰਾਨਾ ਕਰਦੇ, ਸ਼ੁਕਰ ਹੈ ਤਨ ਕੱਜਣ ਲਈ ਪਾਟੇ ਮਿਲ ਗਏ ਨੇ। ਉਹ ਤੈਨੂੰ ਪਰਮੇਸ਼ਰ ਨੇ ਤਨ ਕੱਜਣ ਲਈ ਸੋਹਣੇ ਕੱਪੜੇ ਦਿੱਤੇ, ਖਾਣ ਨੂੰ ਭੋਜਨ ਦਿੱਤਾ। ਭਾਵੇਂ ਇੱਕ ਦਾਲ ਹੀ ਛੱਕ ਰਿਹਾ, ਤੂੰ ਇਕੱਲੀ ਦਾਲ ਹੀ ਖਾ ਰਹੀ, ਇਕੱਲੀ ਸਬਜ਼ੀ ਖਾ ਰਹੇ ਆ, ਉਹ ਕਈ ਤਾਂ ਤੁਹਾਡੀ ਝੂਠ ਖਾਣ ਨੂੰ ਤਰਸਦੇ ਨੇ। ਹਾਂਜੀ, ਸੱਚਾਈ ਕਹਿ ਰਹੇ ਹਾਂ, ਸੱਚਾਈ। ਉਹ ਜੇ ਪਰਮੇਸ਼ਰ ਨੇ ਚੰਗੇ ਕੱਪੜੇ ਪਹਿਨਣ ਵਾਸਤੇ ਦਿੱਤੇ ਨੇ, ਤੁਹਾਨੂੰ ਚੰਗਾ ਭੋਜਨ ਖਾਣ ਲਈ ਦਿੱਤਾ, ਅਤੇ ਪਿਆਰਿਓ, ਤਾਂ ਵੀ ਮੁਸਕਰਾਓ, ਮੁਸਕਰਾਓ, ਸ਼ੁਕਰਾਨਾ ਕਰੋ ਉਹਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਤੇ ਜੇਕਰ ਤੁਹਾਡੇ ਕੋਲ ਬਹੁਤਾਤ ਹੈ, ਤਾਂ ਦੂਜਿਆਂ ਨਾਲ ਸਾਂਝਾ ਕਰੋ, ਅਤੇ ਤਾਂ ਵੀ ਮੁਸਕਰਾਉਣਾ ਸਿੱਖੋ। ਅਤੇ ਜੇ ਘੱਟ ਹੈ, ਤਾਂ ਵੀ ਮੁਸਕਰਾਉਣਾ ਸਿੱਖੋ। ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਵਿੱਚੋਂ ਮਿਲਦੀ ਹੈ। ਵੇਖੋ ਆਨੰਦਪੁਰ ਸਾਹਿਬ ਦਾ ਕਿਲਾ, ਮਹਾਰਾਜ ਮੁਸਕਰਾਉਂਦੇ ਨੇ, ਘੋੜ ਸਵਾਰ ਨਾਲ ਨੇ, ਸਾਹਿਬਜ਼ਾਦੇ ਨਾਲ, ਪਰਿਵਾਰ ਨਾਲ, ਕਿੰਨੀਆਂ ਸੰਗਤਾਂ ਆਉਂਦੀਆਂ, ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਮਹਾਰਾਜ ਮੁਸਕਰਾਉਂਦੇ ਨੇ। ਅਤੇ ਜੇ ਉਹ ਹੀ ਸਾਹਿਬ ਮਾਛੀਵਾੜੇ ਦੇ ਜੰਗਲਾਂ ਵਿੱਚ ਨੇ, ਹੈਂਜੀ, ਨਾ ਹੱਥ ਵਿੱਚ ਬਾਜ, ਨਾ ਸਿਰ 'ਤੇ ਤਾਜ, ਨਾ ਨੀਲਾ ਘੋੜਾ, ਨਾ ਪੈਰੀ ਜੋੜਾ, ਉਦੋਂ ਮਹਾਰਾਜ ਕੋਈ ਰੋਏ ਨੇ? ਰੋਂਦੇ ਨਹੀਂ, ਉਦੋਂ ਵੀ ਮੁਸਕਰਾਏ ਨੇ। ਅਤੇ ਮੁਸਕਰਾ ਕੇ ਕਹਿੰਦੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ। ਮਹਾਰਾਜ ਤੋਂ ਵੱਡਾ ਸਾਨੂੰ ਮੋਟੀਵੇਟ ਕਰਨ ਵਾਲਾ ਹੋਰ ਕੌਣ ਹੋ ਸਕਦਾ? ਮਹਾਰਾਜ ਦਾ ਨਾਮ ਆਉਂਦਾ ਨਾ, ਇੱਕ ਅਨੋਖਾ ਜਿਹਾ ਸਰੂਰ ਚੜ੍ਹਦਾ, ਸਰੂਰ, ਅਨੋਖੀ ਜਿਹੀ ਅੰਦਰ ਸ਼ਾਂਤੀ ਮਿਲਦੀ, ਅਨੋਖਾ ਜਿਹਾ ਆਨੰਦ ਮਿਲਦਾ, ਅਨੋਖੀ ਜਿਹੀ ਇੱਕ ਵਿਲ ਪਾਵਰ ਆ ਜਾਂਦੀ, ਵਿਲ ਪਾਵਰ, ਕਿ ਅਸੀਂ ਉਹਦੇ ਬੱਚੇ ਹਾਂ ਜਿਹਨੇ ਹਰ ਹਾਲ ਵਿੱਚ ਸਾਨੂੰ ਮੁਸਕਰਾਉਣਾ ਸਿਖਾਇਆ, ਰੋਣਾ ਨਹੀਂ ਸਿਖਾਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖ ਨਾ ਜੀ, ਧੰਨ ਬਾਬਾ ਦੀਪ ਸਿੰਘ। ਤੁਹਾਡੇ ਕੋਲੋਂ ਕੋਈ ਪੁੱਛੇ ਜ਼ਿੰਦਗੀ ਜਿਉਣ ਦਾ ਤਰੀਕਾ ਕੀ, ਉਹਨਾਂ ਨੂੰ ਮੁਸਕਰਾ ਕੇ ਫਿਰ ਦੱਸਿਓ, ਮੈਂ ਜ਼ਿੰਦਗੀ ਵਿੱਚ ਸਭ ਕੁਝ ਸਿੱਖਿਆ,
ਫਿਰ ਵੀ ਹਰ ਘਟਨਾ 'ਤੇ ਮੁਸਕਰਾ ਰਿਹਾ। ਸਭ ਤੋਂ ਵੱਡੀ ਸਿੱਖਿਆ ਹੀ ਮੈਂ ਇਹ ਲਈ ਹੈ, ਅਤੇ ਇਹ ਸਿੱਖਿਆ ਮੈਂ ਆਪਣੇ ਕੋਲੋਂ ਨਹੀਂ ਲਈ, ਮੈਂ ਆਪਣੇ ਬਾਪੂ ਕਲਗੀਆਂ ਵਾਲੇ ਕੋਲੋਂ ਲਈ ਹੈ। ਹਾਂਜੀ, ਜ਼ਿੰਦਗੀ ਵਿੱਚ ਕੁਝ ਵੀ ਘਟਨਾ ਵਾਪਰ ਜਾਵੇ, ਮੈਂ ਮੁਸਕਰਾਉਣਾ, ਮੈਂ ਹੱਸਣਾ, ਮੈਂ ਹਰ ਹਾਲ ਵਿੱਚ ਕਹਿਣਾ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਕਹਿੰਦੇ ਹੱਸੋ, ਭਾਵੇਂ ਤੁਹਾਨੂੰ ਮੀਲ ਮਿਲ ਤੁਰਨਾ ਪੈ ਗਿਆ, ਹੱਸੋ। ਅੱਜ ਕਰੋੜਾਂਪਤੀ ਬੰਦਿਆਂ ਨੂੰ ਵੀ ਤੁਰਨਾ ਪੈਂਦਾ, ਕਿਉਂ ਤੁਰਨਾ ਪੈਂਦਾ? ਸਿਹਤ ਠੀਕ ਰਹੇਗੀ ਜੀ, ਸੈਰ ਕਰਿਆ ਕਰੋ। ਉਹ ਜੇ ਤੁਹਾਨੂੰ ਮੰਨ ਲਓ ਕਰੋੜਾਂ ਰੁਪਈਏ ਨਹੀਂ, ਤੁਸੀਂ ਤੁਰ ਕੇ ਕਈ ਵਾਰੀ ਦੋ ਦੋ ਚਾਰ ਚਾਰ ਕਿਲੋਮੀਟਰ ਤੁਰਦੇ, ਤਾਂ ਵੀ ਸ਼ੁਕਰਾਨਾ ਕਰੋ, ਮਹਾਰਾਜ ਸਾਨੂੰ ਵੀ ਸ਼ਾਹੂਕਾਰ ਬਣਾਇਆ ਹੋਇਆ ਤੂੰ। ਹੈਂਜੀ, ਸ਼ਾਹੂਕਾਰਾਂ ਨੂੰ ਤਾਂ ਡਾਕਟਰ ਕਹਿੰਦੇ ਤੁਰਨਾ ਪੈਣਾ, ਨਹੀਂ ਤਾਂ ਆਹ ਬਿਮਾਰੀ ਲੱਗ ਜਾਣੀ। ਅਤੇ ਮਹਾਰਾਜ ਨੇ ਸਾਨੂੰ ਉੱਦਾਂ ਹੀ ਤੁਰਨ ਦੀ ਦਾਤ ਦਿੱਤੀ ਹੈ, ਅਸੀਂ ਤੁਰ ਕੇ ਦੋ ਦੋ ਚਾਰ ਚਾਰ ਮੀਲ ਜਾਂਦੇ, ਤਾਂ ਵੀ ਸ਼ੁਕਰਾਨਾ ਕਰੋ ਨਾ। ਹੈਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਸ਼ੁਕਰਾਨਾ ਕਰੋ, ਮੁਸਕਰਾਓ, ਭਾਵੇਂ ਤੁਹਾਡਾ ਗਲਾਸ ਪਾਣੀ ਨਾਲ ਅੱਧਾ ਭਰਿਆ, ਤਾਂ ਵੀ ਮੁਸਕਰਾਓ, ਮੁਸਕਰਾਓ। ਇਹ ਨਾ ਕਹੋ ਅੱਧਾ ਖਾਲੀ, ਇਹ ਕਹੋ ਅੱਧਾ ਭਰਿਆ ਪਿਆ, ਅੱਧਾ ਭਰਿਆ। ਹਮੇਸ਼ਾ ਆਪਣੀ ਮੁਸਕਰਾਹਟ ਅਤੇ ਹੋਰ ਜਿਹੜੀਆਂ ਬਖਸ਼ਿਸ਼ਾਂ ਉਹਨੇ ਦਿੱਤੀਆਂ ਹੈ ਨਾ, ਉਹਦਾ ਸ਼ੁਕਰਾਨਾ ਕਰਕੇ ਤੁਸੀਂ ਜਿਹੜਾ ਅੱਧਾ ਭਰਿਆ ਹੈ ਨਾ, ਜਿਹੜਾ ਬਾਕੀ ਅੱਧਾ, ਉਹਨੂੰ ਵੀ ਤੁਸੀਂ ਭਰ ਸਕਦੇ ਹੋ ਮੁਸਕਰਾ ਕੇ ਅਤੇ ਉਹਦਾ ਸ਼ੁਕਰਾਨਾ ਕਰਕੇ। ਫਿਰ ਵੇਖਿਓ ਐਂ ਬਖਸ਼ਿਸ਼ਾਂ ਉਹਨੇ ਦੇਈ ਜਾਣੀਆਂ। ਯਾਰ ਮੇਰਾ ਪੁੱਤਰ, ਆਹ ਮੇਰੀ ਧੀ ਉਲਾਂਭੇ ਦਿੰਦੀ ਨਹੀਂ ਮੈਨੂੰ, ਮੇਰਾ ਪੁੱਤ ਮੈਨੂੰ ਉਲਾਂਭੇ ਦਿੰਦਾ ਹੀ ਨਹੀਂ। ਮਹਾਰਾਜ ਕਹਿਣਗੇ ਅੱਛਾ, ਇਹਦੀ ਇਹ ਅਵਸਥਾ ਬਣ ਗਈ, ਚੱਲ ਇਹਨੂੰ ਆਹ ਵੀ ਦਾਤ ਦੇਦੇ ਹਾਂ, ਇਹਨੂੰ ਆਹ ਵੀ ਦਾਤ ਦੇਦੇ ਹਾਂ, ਇਹਨੂੰ ਆਹ ਵੀ ਪੌੜੀ ਚੜ੍ਹਾਉਂਦੇ ਹਾਂ, ਇਹਦੇ 'ਤੇ ਆਹ ਵੀ ਬਖਸ਼ਿਸ਼ ਕਰਦੇ ਹਾਂ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ। ਅੱਜ ਦੋ ਗੱਲਾਂ ਮੈਂ ਕੀਤੀਆਂ ਨੇ ਮਹਾਰਾਜ ਜੀ ਦੀ ਮਿਹਰ ਨਾਲ। ਇੱਕ ਤਾਂ ਕੰਮ ਘਰ ਕਰਦੇ ਹਾਂ, ਭਾਵੇਂ ਭੈਣਾਂ ਜਿੰਨੀਆਂ ਬੈਠੀਆਂ ਘਰ ਦਾ ਕੰਮ ਘਰ ਕਰਦੀਆਂ ਜੇ ਨਾ, ਕੋਸ਼ਿਸ਼ ਕਰੋ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ, ਸੁਣੀ ਚੱਲੋ, ਟੇਪ ਲਾ ਲਓ। ਅੱਜ ਕੱਲ੍ਹ ਤਾਂ ਜ਼ਰੀਏ ਨੇ ਬੜੇ, ਥੱਲੇ ਚਿੱਪਾਂ ਦਾ ਵੀ ਸਟਾਲ ਲੱਗਿਆ ਮਹਾਰਾਜ ਜੀ ਦੀ ਕਿਰਪਾ ਨਾਲ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ, ਉਹ ਲੈ ਜਾਇਓ ਭਾਵੇਂ, ਅਤੇ ਘਰਾਂ 'ਚ ਲਾ ਲਓ, ਕਮਰਿਆਂ 'ਚ ਲਾ ਲਓ। ਉਹਦੇ ਨਾਲ ਹੋਏਗਾ ਕਿ ਉਹ ਕੰਨਾਂ 'ਚ ਜਦੋਂ ਆਵਾਜ਼ ਪਈ ਜਾਏਗੀ, ਪਏ ਆਪੇ ਆਦਤ ਪਏਗੀ, ਆਦਤ। ਜਪਜੀ ਸਾਹਿਬ ਦਾ ਪਾਠ ਥੱਲੇ ਪੈਨ ਡਰਾਈਵਾਂ ਥੱਲੇ ਮੌਜੂਦ ਨੇ, ਉਹ ਲੈ ਜਾਓ, ਘਰਾਂ ਵਿੱਚ ਲਾਓ, ਗੱਡੀਆਂ 'ਚ ਲਾਓ। ਜਦੋਂ ਅਸੀਂ ਰੂਟੀਨ ਇੱਦਾਂ ਸੈੱਟ ਕਰਾਂਗੇ ਨਾ, ਫਿਰ ਹੋ ਜਾਏਗੀ। ਅਸੀਂ ਕਦੀ ਇੱਧਰ ਧਿਆਨ ਕਰਦੇ ਹੀ ਨਹੀਂ, ਸੱਚੀ ਗੱਲ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੁਸੀਂ ਹਮੇਸ਼ਾ ਆਪਣੀ ਮੁਸਕਰਾਹਟ ਦੇ ਨਾਲ ਅਤੇ ਹੋਰ ਉਹਦੇ ਸ਼ੁਕਰਾਨੇ ਦੇ ਨਾਲ ਜਿਹੜਾ ਅੱਧਾ ਭਰਿਆ ਗਲਾਸ, ਜਿਹੜਾ ਅੱਧਾ ਖਾਲੀ ਰਹਿ ਗਿਆ ਨਾ, ਉਹਨੂੰ ਭਰੋ, ਹੋਰ ਭਰੋ, ਹੋਰ ਭਰੋ। ਗੁਰੂ ਮਿਹਰ ਕਰੇ।